ਸ਼੍ਰੀਆ ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਬੈਂਕ ਚੋਂ ਖਾਤਿਆਂ ਵਾਲੇ ਹੋ ਜਾਓ ਸਾਵਧਾਨ ਪੰਜਾਬ ਤੋਂ ਆਈ ਅਜੇ ਹੀ ਖਬਰ ਸੁਣ ਲੋਕਾਂ ਦੇ ਉੱਡੇ ਹੋਸ਼ ਵੀਡੀਓ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਬਹੁਤ ਸਾਰੇ ਲੋਕ ਆਪਣਾ ਕਾਫੀ ਕੰਮ ਆਨਲਾਈਨ ਮਾਧਿਅਮ ਦੇ ਜ਼ਰੀਏ ਕਰਵਾਉਂਦੇ ਨੇ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਪੈਸਿਆਂ ਦਾ ਲੈਣ ਦੇਣ ਤੱਕ ਹਰੇਕ ਕੰਮ ਨੂੰ ਆਨਲਾਈਨ ਮਾਧਿਅਮ ਦੇ ਜ਼ਰੀਏ ਕਾਫੀ ਲੋਕਾਂ ਦੇ ਵੱਲੋਂ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਪਰ ਇਸ ਦੌਰਾਨ ਕੁਝ ਘਟਨਾਵਾਂ ਪੈਸਿਆਂ ਦੀ ਹੇਰਾਫੇਰੀ ਦੇ ਨਾਲ ਜੁੜੀਆਂ ਸਾਹਮਣੇ ਆਈਆਂ ਹਨ ਜਿਨ੍ਹਾਂ ਦੇ ਵਿੱਚ ਇੱਕ ਘਟਨਾ ਦਾ ਜ਼ਿਕਰ ਤੁਹਾਡੇ ਨਾਲ ਕਰ ਰਹੇ ਹਾਂ ਜੀ ਪਰ ਉਸ ਤੋਂ ਪਹਿਲਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਸ਼ਾਪਿੰਗ ਕਰਨਾ ਚਾਹੁੰਦੇ ਹੋ ਕੈਸ਼ ਔਨ ਡਿਲੀਵਰੀ ਲਿੰਕ ਕਮੈਂਟ ਚ ਦਿੱਤਾ ਹੋਇਆ ਜੀ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ ਜੀ ਕਲਿੱਕ ਕਰਕੇ ਤੁਸੀਂ ਕੋਈ ਵੀ ਸਮਾਨ ਆਰਡਰ ਕਰ ਸਕਦੇ ਹੋ ਕਪੂਰਥਲਾ ਦੇ ਰਹਿਣ ਵਾਲੇ ਇੱਕ ਸ਼ਖਸ ਨੂੰ ਆਨਲਾਈਨ ਠੱਗੀ ਦਾ ਸ਼ਿਕਾਰ ਹੋਣਾ ਪਿਆ ਹੈ ਜੀ ਠੱਗਾਂ ਦੇ ਵੱਲੋਂ ਵਰਤਿਆ ਜਾਣ ਵਾਲਾ ਤਰੀਕਾ ਬੇਹੱਦ ਹੈਰਾਨ ਕਰਨ ਵਾਲਾ ਹੈ ਸੋ ਦੋਸਤੋ ਠੱਗੀ ਦੀ ਵਾਰਤਾਤ ਕਪੂਰਥਲਾ ਦੇ ਪਿੰਡ ਤਲਵੰਡੀ ਚੌਧਰੀਆਂ ਦੇ ਰਹਿਣ ਵਾਲੇ ਮਲਕੀਤ ਸਿੰਘ ਦੇ ਨਾਲ 11 ਮਾਰਚ ਦੀ ਰਾਤ ਨੂੰ 10 ਵਜੇ ਦੇ ਕਰੀਬ ਵਾਪਰੀ ਜਦੋਂ ਉਸਦੇ ਫੋਨ ਦੇ ਉੱਪਰ ਰਾਤ 10 ਵਜੇ ਤੋਂ ਲੈ ਕੇ 10 ਵਜੇ 24 ਮਿੰਟ ਤੱਕ ਮੈਸੇਜ ਆਏ ਜਿਨ੍ਹਾਂ ਦੇ ਵਿੱਚ ਉਸਦੇ ਦੋ ਵੱਖ-ਵੱਖ ਖਾਤਿਆਂ ਤੋਂ 85000 ਰੁਪਏ ਦੇ ਕਰੀਬ ਕਢਵਾਏ ਗਏ ਪੈਸਿਆਂ ਦੀ ਜਾਣਕਾਰੀ ਸੀ ਜੋ ਮਲਕੀਤ ਸਿੰਘ ਨੇ ਨਹੀਂ ਕਢਵਾਈ ਸੀ ਜੋ ਬੈਂਕ ਦੇ ਖਾਤੇ ਅੰਦਰ ਬਾਕੀ ਬਚੇ ਹੋਏ ਪੈਸੇ ਮਨਜੀਤ ਨੇ ਕਿਸੇ ਹੋਰ ਨੂੰ ਭੇਜ ਕੇ ਸੁਰੱਖਿਅਤ ਕੀਤੇ ਸੋ ਮਲਕੀਤ ਦੇ ਨਾਲ ਹੋਈ ਇਸ ਠੱਗੀ ਦੇ ਵਿੱਚ ਨਾ ਤਾਂ ਉਸ ਦਾ OTP ਮੰਗਿਆ ਗਿਆ ਨਾ ਹੀ ਫੋਨ ਕਰਕੇ ਉਸ ਦੇ ਕੋਲੋਂ ਖਾਤੇ ਦੀ ਜਾਣਕਾਰੀ ਪੁੱਛੀ ਗਈ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਦੇ ਆਧਾਰ ਕਾਰਡ ਜਰੀਏ ਬਾਇਓਮੈਟ੍ਰਿਕ ਨੂੰ ਕਿਸੇ ਨੇ ਹੈਕ ਕਰਕੇ ਪੈਸੇ ਕਢਾਏ ਹਨ ਉਧਰ ਦੂਜੇ ਪਾਸੇ ਸੁਲਤਾਨਪੁਰ ਲੋਧੀ ਦੇ ਕਮਲਜੀਤ ਸਿੰਘ ਦੇ ਵੀ 11 ਮਾਰਚ ਦੀ ਰਾਤ ਨੂੰ ਦੋ ਖਾਤਿਆਂ ਦੇ ਵਿੱਚੋਂ 16000 ਰੁਪਏ ਦੀ ਠੱਗੀ ਕਰ ਲਈ ਗਈ ਤੇ ਕਮਲਜੀਤ ਸਿੰਘ ਨੂੰ ਵੀ ਕੋਈ ਮੈਸੇਜ ਨਹੀਂ ਆਇਆ ਸੋ ਦੋਸਤੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਗਈ ਹੈ ਜੀ ਹੁਣ ਤੁਸੀਂ ਵੀ ਆਪਣੇ ਖਾਤਿਆਂ ਨੂੰ ਬਚਾ ਕੇ ਰੱਖਿਓ ਕਿਉਂਕਿ ਤੁਹਾਡੇ ਨਾਲ ਵੀ ਕਿਸੇ ਸਮੇਂ ਵੀ ਕੋਈ ਵੀ ਧੋਖਾ ਕਰ ਸਕਦਾ ਹੈ